ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ ਸੈਕੰਡ ਪੰਜਾਬ ਦੇ ਮੇਲੇ ਤੇ ਤਿਹਾਰ ਬੇਟਾ ਲੈਸਨ ਬਹੁਤ ਹੀ ਲੈਂਥੀ ਹੈ ਇਸ ਕਰਕੇ ਜਿਹੜਾ ਇਹਦਾ ਸਾਰ ਹੈ ਜਿਹੜਾ ਤੁਹਾਨੂੰ ਸਮਝਾਉਣਾ ਇਹ ਟੂ ਪਾਰਟ ਵਿੱਚ ਸਮਝਾਵਾਂਗੇ ਠੀਕ ਹੈ ਬੇਟਾ ਤੇ ਸ਼ੁਰੂ ਕਰ ਲੈਣੇ ਇੱਕ ਬਹੁਤ ਜ਼ਰੂਰੀ ਗੱਲ ਇਹ ਕਿ ਜਿੱਦੋਂ ਵੀ ਤੁਸੀਂ ਕੋਈ ਲੇਖ ਯਾਦ ਕਰਦੇ ਹੋ ਜਾਂ ਪੜ੍ਹਦੇ ਹੋ ਤੇ ਉਹਦੇ ਲੇਖਕ ਦਾ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ ਕਿਉਂਕਿ অপਸ਼ਨ ਵਰਡ ਵਿੱਚ ਫਿਲ ਅਪ ਵਿੱਚ ਤੇ ਛੋਟੇ ਕੁਸ਼ਨ ਆਨਸਰ ਵਿੱਚ ਰਾਈਟਰ ਦਾ ਨਾਮ ਜ਼ਰੂਰ ਆ ਜਾਂਦਾ ਜਿਸ ਤਰ੍ਹਾਂ ਕਿ ਸਾਡਾ ਜਿਹੜਾ ਲੈਸਨ ਹੈ ਟੂ ਪੰਜਾਬ ਦੇ ਮੇਲੇ ਤੇ ਤਿਹਾਰ ਇਹ ਲਿਖਿਆ ਹੈ ਡਾਕਟਰ ਐਸ ਐਸ ਬੰਜਾਰਾ ਬੇਦੀ ਨੇ ਠੀਕ ਹੈ ਬੇਟਾ ਪੜ੍ਹਨਾ ਸਟਾਰਟ ਕਰਦੇ ਹਾਂ ਕਹਿੰਦੇ ਕਿ ਕਿਸੇ ਵੀ ਜਾਤੀ ਦਾ ਅਸਲੀ ਰੂਪ ਤੇ ਸਾਂਸਕ੍ਰਿਤੀ ਮੇਲੇ ਅਤੇ ਤਿਹਾਰਾਂ ਵਿੱਚ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਹੁੰਦੀ ਹੈ ਕਹਿੰਦੇ ਕਿ ਕੋਈ ਵੀ ਜਾਤੀ ਹੈ ਉਹਦਾ ਅਸਲੀ ਚਿਹਰਾ ਵੇਖਣਾ ਹੋਵੇ ਤੇ ਅਹੀਂ ਕੀ ਉਹਦੀ ਸੰਸਕ੍ਰਿਤੀ ਵੇਖਣਾ ਤੇ ਇਹ ਕਿੱਥੇ ਸ਼ੋਅ ਹੁੰਦੀ ਆ ਜਦੋਂ ਸਾਡੇ ਤਿਹਾਰ ਹੁੰਦੇ ਨੇ ਜਾਂ ਮੇਲੇ ਹੁੰਦੇ ਨੇ ਉਹਦੇ ਵਿੱਚ ਬੰਦੇ ਦੇ ਜਿਹੜੀ ਅਸਲੀ ਸੰਸਕ੍ਰਿਤੀ ਉਹ ਸ਼ੋਅ ਹੋ ਜਾਂਦੀ ਹੈ ਠੀਕ ਹੈ ਮੇਲਿਆਂ ਵਿੱਚ ਲੋਕ ਕੇਵਲ ਮਨ ਪਰਚਾਵਾ ਹੀ ਨਹੀਂ ਕਰਦੇ ਸਗੋਂ ਉਹ ਆਪਣੇ ਧਾਰਮਿਕ ਤੇ ਇਕਲਾਤਮਿਕ ਭਾਵਾਂ ਨੂੰ ਵੀ ਪ੍ਰਗਟ ਕਰਦੇ ਹਨ ਇਹਨਾਂ ਵਿੱਚ ਹਰ ਜਾਤੀ ਦੇ ਲੋਕ ਇੱਕ ਮਨ ਹੋ ਕੇ ਨੱਚਦੇ ਟੱਪਦੇ ਹਨ ਮੇਲੇ ਮੂਲ ਰੂਪ ਵਿੱਚ ਪੰਜਾਬੀਆਂ ਦੇ ਸੁਭਾਅ ਵਿੱਚ ਸੰਮਾ ਹੋਏ ਹਾਂ ਤੇ ਇੰਨਾ ਵਿੱਚ ਹਰ ਪਲ ਹਰ ਪੂਰਵ ਹਰ ਦਿਨ ਮੇਲਾ ਹੁੰਦਾ ਹੈ ਠੀਕ ਹੈ ਮਤਲਬ ਕੋਈ ਵੀ ਤੁਸੀਂ ਜਨਵਰੀ ਤੋਂ ਲੈ ਕੇ ਐਂਡ ਤੱਕ ਮਹੀਨਿਆਂ ਦੇ ਵਿੱਚ ਕੋਈ ਵੀ ਇਹੋ ਜਿਹਾ ਮਹੀਨਾ ਨਹੀਂ ਜਿੱਦੂ ਸਾਡੇ ਕੋਈ ਦਿਨ ਤਿਹਾੜ ਨਹੀਂ ਹੁੰਦਾ ਠੀਕ ਹੈ ਬੇਟਾ ਕਹਿੰਦੇ ਕਿ ਦੂਜੇ ਪ੍ਰਾਂਤਾਂ ਵਾਲੇ ਕਹਿੰਦੇ ਹਨ ਕਿ ਪੰਜਾਬੀ ਦੁਨੀਆ ਵਿੱਚ ਆਏ ਹੀ ਮੇਲਾ ਬਣਾਉਣ ਲਈ ਹਨ ਕਿਉਂਕਿ ਸਾਡਾ ਪੂਰੇ ਸਾਲ ਮੇਲਾ ਕੋਈ ਨਾ ਕੋਈ ਤਿਹਾੜ ਕੋਈ ਨਾ ਕੋਈ ਮੇਲੇ ਆਉਂਦੇ ਰਹਿੰਦੇ ਨੇ ਕਹਿੰਦੇ ਕਿ ਜਿੱਥੇ ਚਾਰ ਪੰਜ ਪੰਜਾਬੀ ਜੁੜ ਜਾਣ ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਕਹਿਣ ਦਾ ਮਤਲਬ ਹੈ ਕਿ ਜਦ ਪੰਜਾਬੀ ਲੋਕ ਹੁੰਦੇ ਨੇ ਬੜੇ ਹੀ ਹਾਸਮੁਖ ਸੁਭਾਅ ਦੇ ਹੁੰਦੇ ਨੇ ਤੇ ਜਦੋਂ ਤਿੰਨ ਚਾਰ ਬੰਦੇ ਇਕੱਠੇ ਹੋ ਜਾਂਦੇ ਨੇ ਤੇ ਕਹਿੰਦੇ ਮਤਲਬ ਤਿੰਨ ਚਾਰ ਲੋਕ ਇਕੱਠੇ ਹੋ ਜਾਂਦੇ ਨੇ ਪੰਜਾਬੀ ਉਥੇ ਮਤਲਬ ਹਾਸਾ ਖੇਡਣਾ ਸ਼ੁਰੂ ਹੋ ਜਾਂਦਾ ਤੇ ਉਹ ਤੁਰਦਾ ਫਿਰਦਾ ਫਿਰਦਾ ਇੱਕ ਮੇਲਾ ਬਣ ਜਾਂਦਾ ਹੈ ਕਹਿੰਦੇ ਕਿ ਮੇਲਾ ਇੱਕ ਜਿਹਾ ਇਕੱਠ ਹੈ ਜਿਸ ਵਿੱਚ ਸਭ ਲਾੜੇ ਹੁੰਦੇ ਹਨ ਤੇ ਬਰਾਤੀ ਕੋਈ ਵੀ ਨਹੀਂ ਹੁੰਦਾ ਇਹਨਾਂ ਵਿੱਚ ਖਾਣ ਪੀਣ ਤੇ ਨਿਤ ਆਉਣ ਵਾਲੀਆਂ ਵਨਸਵੰਨੀਆਂ ਚੀਜ਼ਾਂ ਹੁੰਦੀਆਂ ਹਨ ਹੁਣ ਮੇਲੇ ਵਿੱਚ ਜਦੋਂ ਹੀ ਜਾਣਦੇ ਆ ਠੀਕ ਹੈ ਅਹੀਂ ਆਪਣੇ ਸੋਹਣੇ-ਸੋਹਣੇ ਕੱਪੜੇ ਪਾ ਕੇ ਤੇ ਆਪਣੇ ਆਪ ਨੂੰ ਹਾਰ ਸ਼ਿੰਗਾਰ ਕਰਕੇ ਜਾਂਦੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਕਹੀਂ ਮੈਰਿਜ ਤੇ ਜਾਂਦੇ ਹੋਵਾਂ ਠੀਕ ਹੈ ਜਾਂਦੇ ਹੋਈਏ ਤੇ ਉਹਦੇ ਵਿੱਚ ਸਾਰੇ ਲਾੜੇ ਆ ਜਿਸ ਜਸ ਅਸੀਂ ਮੈਰਿਜ ਤੇ ਜਾਂਦੇ ਉਹਦੇ ਵਿੱਚ ਇੱਕ ਲਾੜਾ ਹੁੰਦਾ ਜਿਹਨੂੰ ਬੜਾ ਹਾਰ ਸ਼ਿੰਗਾਰ ਕੀਤਾ ਹੁੰਦਾ ਠੀਕ ਹੈ ਤੇ ਜਦੋਂ ਮੇਲਾ ਹੁੰਦਾ ਮੇਲਾ ਪੰਜਾਬੀਆਂ ਵਿੱਚ ਜਿਹੜਾ ਬਹੁਤ ਹੀ ਫੇਮਸ ਚੀਜ਼ ਹੈ ਠੀਕ ਹੈ ਤੇ ਇਹਦੇ ਵਿੱਚ ਜਾਣ ਵਾਸਤੇ ਉਹ ਉਸ ਤਰ੍ਹਾਂ ਤਿਆਰ ਹੁੰਦੇ ਜਿਵੇਂ ਕਿ ਬਰਾਤ ਵਿੱਚ ਲਾੜਾ ਤਿਆਰ ਹੁੰਦਾ ਹੈ ਤੇ ਫਿਰ ਮੇਲਿਆਂ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਿੱਤ ਵਰਤੋਂ ਵਾਲੇ ਵਣਸ ਬਣੀਆਂ ਚੀਜ਼ਾਂ ਵੀ ਹੁੰਦੀਆਂ ਹਨ ਦੂਜਾ ਕਹਿੰਦੇ ਨੇ ਕਹਿੰਦੇ ਕਿ ਪੰਜਾਬ ਦੇ ਬਹੁਤੇ ਮੇਲੇ ਤਿਹਾਰਾਂ ਤੇ ਰੁੱਤਾਂ ਤੇ ਤਿਹਾਰਾਂ ਨਾਲ ਸੰਬੰਧਿਤ ਹੁੰਦੇ ਹਨ ਠੀਕ ਹੈ ਪੰਜਾਬ ਦੇ ਬਹੁਤੇ ਮੇਲੇ ਜਿਹੜੇ ਮੌਸਮਾਂ ਨਾਲ ਰੁੱਤਾਂ ਨਾਲ ਤੇ ਤਿਹਾਰਾਂ ਨਾਲ ਸੰਬੰਧਿਤ ਹੁੰਦੇ ਹਨ ਕਹਿੰਦੇ ਕਿ ਰੁੱਤਾਂ ਵਿੱਚੋਂ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਬਸੰਤ ਰੁੱਤ ਹੁੰਦੀ ਹੈ ਇਸ ਰੁੱਤੇ ਮਾਗ ਮਤਲਬ ਜਿਹੜਾ ਬਸੰਤ ਰੁੱਤ ਹੈ ਉਹ ਮਾਗ ਹੈਗਾ ਸਾਡਾ ਦੇਸੀ ਮਹੀਨਾ ਤੇ ਮਾਗ ਮਹੀਨਾ ਜਿਹੜਾ ਜਦੋਂ ਜਨਵਰੀ ਦਾ ਅੱਧ ਤੇ ਫਰਵਰੀ ਦਾ ਅੱਧ ਹੁੰਦਾ ਉਹਦੇ ਵਿੱਚ ਜਿਹੜਾ ਮਾਗ ਮਹੀਨਾ ਉਹੀ ਦੇਸੀ ਮਹੀਨੇ ਨੂੰ ਕਹਿੰਦੇ ਆ ਠੀਕ ਹੈ ਜਿਵੇਂ ਜਨਵਰੀ 1 ਤਰੀਕ ਨੂੰ ਸ਼ੁਰੂ ਹੁੰਦੀ ਹੈ ਨਾ ਠੀਕ ਹੈ ਤੇ ਜਿਹੜਾ ਮਾਗ ਮਹੀਨਾ ਉਹ ਸਾਡਾ ਸ਼ੁਰੂ ਹੋਏਗਾ 15 ਤਰੀਕ ਨੂੰ ਮਤਲਬ ਜਨਵਰੀ ਤੇ ਫਰਵਰੀ ਦਾ ਆਧਾ ਅੱਧ ਹੋ ਗਿਆ ਠੀਕ ਹੈ ਕਹਿੰਦੇ ਕਿ ਜਿਹੜੀ ਬਸੰਤ ਰੁੱਤ ਹੁੰਦੀ ਹੈ ਉਹ ਕੀ ਹੁੰਦੀ ਹੈ ਕਿ ਮਾਗ ਸੁਦੀ 5 ਨੂੰ ਬਸੰਤ ਪੰਚਵੀ ਦਾ ਤਿਹਾਰ ਪੂਰੇ ਪੰਜਾਬ ਵਿੱਚ ਬੜੇ ਹੀ ਚਾਵਾ ਨਾਲ ਮਨਾਇਆ ਜਾਂਦਾ ਹੈ ਪਟਿਆਲਾ ਸ਼ਿਆਟਾ ਤੇ ਹਕੀਕਤ ਜਿਹੜੀ ਪਟਿਆਲਾ ਦੀ ਜਿਹੜੀ ਬਸੰਤ ਬਸੰਤ ਪੰਚਮੀ ਹੈ ਸ਼ਿਆਟਾ ਦੀ ਬਸੰਤ ਪੰਚਮੀ ਜਿਹੜਾ ਪੰਜਾਬ ਵਿੱਚ ਤੇ ਹਕੀਕਤ ਇਹਦੀ ਸਮਾ ਜਿਹੜੀ ਕਿ ਲਾਹੌਰ ਵਿੱਚ ਆ ਉੱਥੇ ਬਸੰਤ ਪੰਚਮੀ ਦਾ ਜਿਹੜਾ ਮੇਲਾ ਬੜੇ ਧੂਮਤਾਮ ਨਾਲ ਮਨਾਇਆ ਜਾਂਦਾ ਹੈ ਹੁਣ ਆ ਗਿਆ ਫਗਣ ਫਗਣ ਮਹੀਨਾ ਜਿਹੜਾ ਹੈ ਉਹ ਹੈਗਾ ਦੇਸੀ ਫਗਣ ਮਹੀਨਾ ਤੇ ਅੰਗਰੇਜ਼ੀ ਕਹੋ ਜਿਹੜੇ ਸਾਡੇ ਜਨਵਰੀ ਫਰਵਰੀ ਤੋਂ ਲੈ ਕੇ ਮਾਰਚ ਦਾ ਜਿਹੜਾ ਉਹ ਉਹਨੂੰ ਇਹ ਫਗਣ ਗਿਣਾਂਗੇ ਠੀਕ ਹੈ ਕਹਿੰਦੇ ਮਹੀਨੇ ਵਿੱਚ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਜਿਸ ਨੂੰ ਰੰਗਾਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਕਈ ਇਸ ਦਾ ਸਬੰਧ ਪੁਰਾਣਿਕ ਕਾਲ ਦੇ ਪ੍ਰਹਲਾਦ ਭਗਤ ਦੀ ਕਥਾ ਨਾਲ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਹੋਲੀ ਵਾਲੇ ਦਿਨ ਆਨੰਦਪੁਰ ਵਿੱਚ ਦਰਬਾਰ ਸਜਾਇਆ ਹੁਣ ਵੀ ਹੋਲੀ ਮਹੱਲੇ ਨੂੰ ਆਨੰਦਪੁਰ ਵਿੱਚ ਭਾਰੀ ਮੇਲਾ ਲੱਗਦਾ ਹੈ ਹੁਣ ਸਾਵਣ ਮਹੀਨਾ ਸਾਵਣ ਜਾਂ ਸੌਣ ਇਹ ਆਏਗਾ ਜੁਲਾਈ ਤੇ ਅਗਸਤ ਵਿੱਚ ਠੀਕ ਹੈ ਦੀ ਰਤੂ ਰਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਜਿਸ ਵਿੱਚ ਵਿਆਹੀਆਂ ਤੇ ਕੁਵਾਰੀਆਂ ਕੁੜੀਆਂ ਪਿੰਗਾ ਜਿਹੜੀਆਂ ਪਿੱਪਲਾਂ ਹੇਠਾਂ ਪਿੰਗਾ ਪਾ ਕੇ ਝੂਟਦੀਆਂ ਹਨ ਗੀਤ ਗਾਉਂਦੀਆਂ ਹਨ ਨੱਚਦੀਆਂ ਟੱਪਦੀਆਂ ਤੇ ਮੇਲੇ ਦਾ ਆਨੰਦ ਮਾਣਦੀਆਂ ਹਨ ਕਹਿੰਦੇ ਕਿ ਕੁਝ ਪੰਜਾਬ ਮੇਲਿਆਂ ਦਾ ਸਬੰਧ ਸਰਪ ਪੂਜਾ ਨਾਲ ਵੀ ਹੈ ਇਸ ਵਿੱਚ ਇਸ ਲਈ ਜਿਹੜੇ ਕਿਸਾਨ ਆ ਪੈਲੀ ਨੂੰ ਬੋਣ ਵਾਸਤੇ ਬੀਜਣ ਤੇ ਵੱਢਣ ਤੋਂ ਪਹਿਲਾਂ 나ਗ ਦੇਵਤਾ ਦੀ ਪੂਜਾ ਕਰਦੇ ਹਨ ਜਿਸ ਨੂੰ 나ਗ ਮਹਾ ਕਿਹਾ ਜਾਂਦਾ ਹੈ ਹੈ ਠੀਕ ਹੈ ਬੇਟਾ ਕਿਹਾ ਦ ਸਪੈਲਿੰਗ ਮਿਸਟੇਕ ਹੋ ਗਏ ਨੇ ਕਕੇ ਨੂੰ ਸਿਹਾਰੀ ਹਾਹੇ ਕਨਹਾ ਠੀਕ ਹੈ ਕਿਹਾ ਨੈਸਟ ਹੈ ਕਹਿੰਦੇ ਕਿ ਗੁੱਗੇ ਨਾਲ ਸੰਬੰਧਿਤ ਮੇਲੇ ਕਹਿੰਦੇ ਕਿ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ ਗੁੱਗੇ ਦੀ ਪੂਜਾ ਅਸਲ ਵਿੱਚ ਸਰਪ ਸਰਪ ਮਤਲਬ ਸੱਪ ਦੀ ਪੂਜਾ ਦਾ ਸੁਧਰਿਆ ਰੂਪ ਹੈ ਗੁੱਗਾ ਸ਼ਬਦ ਉਸ ਸੱਪ ਲਈ ਵਰਤਿਆ ਜਾਂਦਾ ਹੈ ਜੋ ਸੱਪਾਂ ਦਾ ਰਾਜਾ ਸੀ ਤੇ ਰੂਪ ਬਦਲ ਕੇ ਮਨੁੱਖ ਦਾ ਜਾਮਾ ਧਾਰਨ ਕਰ ਲੈਂਦਾ ਹੈ ਕਿਹਾ ਜਾਂਦਾ ਹੈ ਕਿ ਗੁਗਾਇਕ ਰਾਜਪੂਤ ਜੌਦਾ ਸੀ ਜਿਸ ਨੇ ਆਪਣੇ ਕਬੀਲੇ ਦੇ ਲੋਕਾਂ ਲਈ ਬਾਹਰੋਂ ਆਏ ਮੁਸਲਮਾਨਾਂ ਨਾਲ ਲੜਾਈਆਂ ਲੜੀਆਂ ਉਸ ਦੀ ਵੀਰਗਾਥਾ ਨੂੰ ਹੌਲੀ-ਹੌਲੀ ਮੁਸਲਮਾਨੀ ਰੰਗ ਛਾੜਨ ਕਾਰਨ ਸਰਪੂਜਾ ਨਾਲ ਜੋੜ ਦਿੱਤਾ ਗਿਆ ਗੁਗਗੇ ਦੀ ਮਿਸਤਰੀ ਵਿੱਚ ਇੱਕ ਵੱਡਾ ਮੇਲਾ ਛਪੜ ਵਿੱਚ ਲੱਗਦਾ ਹੈ ਠੀਕ ਹੈ ਛਪੜ ਜਗਾ ਦਾ ਨਾਮ ਹੈ ਕਹਿੰਦੇ ਉੱਥੇ ਮੇਲਾ ਲੱਗਦਾ ਹੁਣ ਕਹਿੰਦੇ ਕਿ ਛਪੜ ਦਾ ਮੇਲਾ ਕੀ ਹੈ ਠੀਕ ਹੈ ਇੰਦੇ ਇਹ ਮੇਲਾ ਲੂ ਧਿਆਨਾ ਦੇ ਪਿੰਡ ਸਪਾੜ ਵਿੱਚ ਭਾਦਰੋ ਭਾਦਰੋ ਮਤਲਬ ਅਗਸਤ ਤੇ ਸਤੰਬਰ ਠੀਕ ਹੈ ਸੁਦੇ 14 ਨੂੰ ਪਿੰਡ ਦੇ ਦੱਖਣੀ ਪਾਸੇ ਗੁੱਗੇ ਪੀ ਦੀ ਮਾੜੀ ਤੇ ਲੱਗਦਾ ਹੈ ਇਸ ਦੀ ਸਥਾਪਨਾ ਗੁੱਗੇ ਦੇ ਭਗਤਾ ਨੇ Rajasthan ਤੋਂ ਕਿਸੇ ਮਾੜੀ ਤੋਂ ਮਿੱਟੀ ਲੈ ਕੇ 1880 ਨੂੰ ਕੀਤੀ ਸੀ ਠੀਕ ਹੈ Rajasthan ਤੋਂ ਜਿੱਥੇ ਮਤਲਬ ਉਹ ਸਪਾਂ ਦੀ ਇੱਕ ਬਣਿਆ ਹੁੰਦਾ ਠੀਕ ਹੈ ਮਾੜੀ ਉਥੋਂ ਮਿੱਟੀ ਲੈ ਕੇ ਕੀਤੀ ਸੀ ਹੁਣ ਕਹਿੰਦੇ ਕਿ ਦੇਵੀ ਮਾਤਾ ਦੇ ਮੇਲੇ ਕੁਝ ਮੇਲੇ ਦੇਵੀ ਮਾਤਾ ਨੂੰ ਪੱਤਿ ਆਉਣ ਲਈ ਲੱਗਦੇ ਹਨ ਕਹਿੰਦੇ ਪੱਤਿ ਆਉਣ ਮਤਲਬ ਉਹਨਾਂ ਨੂੰ ਖੁਸ਼ ਕਰਨ ਲਈ ਲੱਗਦੇ ਹਨ ਜਿਸ ਜਿਸ ਦੇ ਚਿੰਨ ਮਹਿੰਜੋਦੜੋ ਤੇ ਹਰੱਪਾ ਦੀ ਖੁਦਾਈ ਵਿੱਚ ਲੱਭੀਆਂ ਮੂਰਤੀਆਂ ਤੋਂ ਵੀ ਮਿਲਦੇ ਆ ਮਤਲਬ ਦੇਵੀ ਮਾਤਾ ਦੀ ਪੂਜਾ ਐਨੇ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਜਦੋਂ ਮਹਿੰਜੋਦੜੋ ਤੇ ਹਰੱਪਾ ਦੀ ਖੁਦਾਈ ਕੀਤੀ ਤੇ ਉਹਨਾਂ ਦੇ ਵਿੱਚੋਂ ਵੀ ਦੇਵੀ ਮਾਤਾ ਦੀਆਂ ਮੂਰਤੀਆਂ ਲੱਭੀਆਂ ਜਿਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਦੇਵੀ ਮਾਤਾ ਦੀ ਪੂਜਾ ਕਾਫੀ ਲੰਬੇ ਸਮੇਂ ਤੋਂ ਚਲੇ ਆ ਰਹੀ ਹੈ ਫਿਰ ਕਹਿੰਦੇ ਕਿ ਪਹਾੜੀ ਇਲਾਕਿਆਂ ਵਿੱਚ ਤੇ ਦੇਵੀ ਮਾਤਾ ਦੀ ਪੂਜਾ ਜਿਹੜੀ ਹੈ ਮੈਦਾਨੀ ਇਲਾਕਿਆਂ ਤੋਂ ਦੇ ਮੁਕਾਬਲੇ ਜ਼ਿਆਦਾ ਪ੍ਰਚਲਿਤ ਹੈ ਠੀਕ ਹੈ ਫਿਰ ਹੁਣ ਹੈਗਾ ਜਵਾਲਾ ਜੀ ਚਿੰਤਪurni ਨੈਣਾ ਦੇਵੀ ਤੇ ਮਾਨਸਾ ਦੇਵੀ ਦੇ ਅਸਥਾਨਾਂ ਉੱਤੇ ਅਸੂ ਮਤ ਸਤੰਬਰ ਤੇ ਅਕਤੂਬਰ ਚੇਤਰ ਮਤਲ ਮਾਰਚ ਤੇ ਅਪ੍ਰੈਲ ਦੇ ਮਹੀਨੇ ਵਿੱਚ ਨਰਾਤਿਆ ਦੇ ਦਿਨ ਮੇਲੇ ਲੱਗਦੇ ਹੁਣ ਹੈਗਾ ਜਰਗ ਦਾ ਮੇਲਾ ਕਹਿੰਦੇ ਕਿ ਇਹ ਮੇਲਾ 74 ਮਾਰਚ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿੱਚ ਸੀਤਲਾ ਮਾਤਾ ਨੂੰ ਪਤਿਆਉਣ ਲਈ ਲੱਗਦਾ ਹੈ। ਇਹ ਮੇਲਾ ਇੱਕ ਟੋਬੇ ਦੇ ਦੁਆਲੇ ਲੱਗਦਾ ਹੈ ਤੇ ਮਾਤਾ ਦੀ ਪੂਜਾ ਕਰਨ ਵਾਲੇ ਟੋਬੇ ਵਿੱਚ ਮਿੱਟੀ ਕੱਢ ਕੇ ਇੱਕ ਮਿੱਟੀ ਦਾ ਜਹਾ ਖੜਾ ਕਰ ਲੈਂਦੇ, ਥਮ ਜਹਾ ਖੜਾ ਕਰ ਲੈਂਦੇ ਨੇ ਤੇ ਉਸ ਨੂੰ ਮਾਤਾ ਦਾ ਰੂਪ ਬਣ ਕੇ ਪੂਜਿਆ ਜਾਂਦਾ ਹੈ ਤੇ ਭੇਟਾ ਚੜਾਈਆਂ ਜਾਂਦੀਆਂ ਹਨ। ਠੀਕ ਹੈ? ਭੇਟਾ ਮਤਲਬ ਜਿਹੜਾ ਦਾਲ ਕਰਨਾ ਹੁੰਦਾ ਠੀਕ ਹੈ ਉਹ ਚੜਾਇਆ ਜਾਂਦਾ ਹੈ। ਇਸ ਮੇਲੇ ਦੇ ਵਿੱਚ ਮਾਤਾ ਨੂੰ ਬਹਿੜੀਏ अथवा ਬੋਹੇ ਬਹਿਹੇ ਮਤਲਬ ਬਹਿਹੇ ਗੁਲਗਲੇ ਭੇਟ ਕਿਤੇ ਜਾਂਦੇ ਹਨ ਇਸੇ ਲਈ ਇਸ ਮੇਲੇ ਨੂੰ ਬਹਿੜੀਏ ਦਾ ਮੇਲਾ ਕਿਹਾ ਜਾਂਦਾ ਹੈ ਇਸ ਮੇਲੇ ਵਿੱਚ ਖੋਤਿਆਂ ਦਾ ਬੜੀ ਆਦਰ ਮਤਲਬ ਕਦਰ ਕੀਤੀ ਜਾਂਦੀ ਹੈ ਠੀਕ ਹੈ ਜਿੰਨਾ ਲੋਕਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਹਨ ਉਹ ਖੋਤੇ ਨੂੰ ਸੀਤਲਾ ਮਾਤਾ ਦਾ ਵਾਹਨ ਹੋਣ ਕਰਕੇ ਕਾਰਨ ਪੂਜਦੇ ਹਨ ਤੇ ਉਸ ਨੂੰ ਗੁਲਗਲੇ ਤੇ ਛੋਲੇ ਖਵਾਉਂਦੇ ਹਨ ਕਹਿੰਦੇ ਕਿ ਮਿਆਰ ਕੀ ਕਰਦੇ ਨੇ ਕਿ ਇਸ ਦਿਨ ਆਪਣੇ ਖੋਤਿਆਂ ਨੂੰ ਜਿਹੜੀਆਂ ਘੋਗੀਆਂ ਕੋਡੀਆਂ ਤੇ ਮੋਤੀਆਂ ਨਾਲ ਜੜੀਆਂ ਝੂਲਾ ਪਾ ਕੇ ਸਜਾਉਂਦੇ ਹਨ ਫਿਰ ਹੈਗਾ ਪੀਰਾ ਫਕੀਰਾਂ ਦੀ ਸ਼ਰਦਾ ਵਿੱਚ ਮੇਲੇ ਹੁਣ ਕਹਿੰਦੇ ਨੇ ਕਿ ਪੰਜਾਬੀਆਂ ਦੇ ਜ਼ਿਲ੍ਹਾ ਵਿੱਚ ਪੀਰਾ ਫਕੀਰਾਂ ਲਈ ਬਹੁਤ ਹੀ ਆਦਰ ਮਾਣ ਤੇ ਸ਼ਰਦਾ ਪਾਈ ਜਾਂਦੀ ਹੈ ਕਹਿੰਦੇ ਖਾਨਗਾਹਾਂ ਤੇ ਹੁਜਰੀਆ ਤੇ ਤੱਕਿਆ ਉੱਤੇ ਲੱਗਦੇ ਮੇਲੇ ਇਹਨਾਂ ਦੀ ਸ਼ਰਧਾ ਦੇ ਪ੍ਰਤੀਕ ਹਨ ਹੁਣ ਕਹਿੰਦੇ ਖਾਨ ਜਿਹੜੇ ਗਾਹਾਂ ਹੈ ਖਾਨ ਗਾਹਾਂ ਪੀਰਾਂ ਦੀਆਂ ਕਬਰਾਂ ਹੁੰਦੀਆਂ ਹਨ ਜਿਨ੍ਹਾਂ ਦੇ ਆਲੇ ਦੁਆਲੇ ਦਰਖਤਾਂ ਦੀਆਂ ਛੜੀਆਂ ਬੜੀਆਂ ਹੁੰਦੀਆਂ ਹਨ ਅਜਿਹੇ ਬਹੁਤ ਮੇਲੇ ਜਿਹੜੇ ਆ ਸੂਫੀ ਬਹੁਤ ਸਾਰੇ ਸੂਫੀ ਮੇਲੇ ਫਕੀਰਾਂ ਨਾਲ ਵੀ ਸੂਫੀ ਫਕੀਰਾਂ ਨਾਲ ਵੀ ਸਬੰਧਤ ਹਨ ਜਿਸ ਸਾਹਸੇ ਇੱਕ ਫਰੀਦ ਰਘਿਆ ਹੈ ਨਾ ਇਹ ਸਾਰੇ ਸੂਫੀ ਸੰਤ ਹੋਏ ਨੇ ਇਹਨਾਂ ਦੇ ਨਾਲ ਵੀ ਸਬੰਧਤ ਹਨ ਕਹਿੰਦੇ ਕਿ ਸ਼ੁਰੂ ਵਿੱਚ ਇਹ ਮੇਲੇ ਭਾਵੇਂ ਧਾਰਮਿਕ ਸਨ ਧਾਰਮਿਕ ਤੋਂ ਭਾਵ ਕਿ ਸ਼ੁਰੂ ਤੋਂ ਮੇਲੇ ਜਿਹੜੇ ਨੇ ਜ ਸਾਹੀ ਪੀਰਾਂ ਫਕੀਰਾਂ ਦੀ ਗੱਲ ਕਰਦੇ ਆ ਤੁਹਾਡੇ ਇੱਕਦਮ ਮਾਈਂਡ ਵਿੱਚ ਆ ਜਾਂਦਾ ਹੈ ਕਿ ਇਹ ਮੁਸਲਮਾਨਾਂ ਦੇ ਧਰਮ ਨਾਲ ਸੰਬੰਧਿਤ ਨੇ ਕਹਿੰਦੇ ਕਿ ਸ਼ੁਰੂ ਤੋਂ ਵਿੱਚ ਇਹ ਮੇਲੇ ਜਿਹੜੇ ਭਾਵੇਂ ਧਾਰਮਿਕ ਸਨ ਪਰ ਕਹਿੰਦੇ ਸਮੇਂ ਦੇ ਬਦਲਣ ਦੇ ਨਾਲ ਸਾਰੇ ਧਰਮਾਂ ਦੇ ਲੋਕ ਬਿਨਾਂ ਪੱਖਪਾਤ ਤੇ ਇਹਨਾਂ ਮੇਲਿਆਂ ਵਿੱਚ ਸ਼ਾਮਲ ਹੋਣ ਲੱਗ ਪਏ ਹੁਣ ਕੋਈ ਵੀ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਕਿ ਜੇ ਸਰਦਾਰ ਆਹੀ ਤੇ ਸਰਦਾਰਾ ਨਹੀਂ ਸਿਰਫ ਗੁਰਦੁਆਰੇ ਵਿੱਚ ਜਾਣਾ ਜਿਵੇਂ ਕ੍ਰਿਸਚਨਾਂ ਤੇ ਕ੍ਰਿਸਚਨਾਂ ਨਹੀਂ ਸਿਰਫ ਦੇ ਦੇ ਵਿੱਚ ਜਾਣਾ ਠੀਕ ਹੈ ਚਰਚ ਵਿੱਚ ਜਾਣਾ ਤੇ ਜੇ ਇਹ ਹਿੰਦੂ ਤੇ ਹਿੰਦੂਆਨੇ ਹੀ ਚਰਚ ਮੰਦਰ ਵਿੱਚ ਜਾਣਾ ਹੁਣ ਇਹੋ ਜਿਹੀ ਕੋਈ ਮਤਲਬ ਪੇਤ ਭਾਵ ਨਹੀਂ ਹੈਗਾ ਹਰ ਇੱਕ ਧਰਮ ਦੇ ਲੋਕ ਕਿਤੇ ਵੀ ਜਾ ਸਕਦੇ ਨੇ ਜਿੰਦੇ ਕਿਹੇ ਦੇ ਵਿੱਚ ਸ਼ਰਧਾ ਹੈਗੇ ਵੈਸੇ ਤੇ ਗੋਟ ਇਜ਼ ਵਨ ਪਰਮਾਤਮਾ ਤੇ ਇੱਕ ਹੈ ਇਹ ਅਹੀਂ ਲੋਕਾਂ ਜਿਨ੍ਹਾਂ ਨੇ ਜਾਤ ਪੱਤਾ ਬਣਾਈਆਂ ਨੇ ਤੇ ਆਪਣੇ ਰੱਬ ਵੀ ਵੰਡ ਲੈਨੇ ਠੀਕ ਹੈ ਬੇਟਾ ਅਸਲ ਵਿੱਚ ਕੀ ਹੈ ਪਰਮਾਤਮਾ ਇੱਕ ਹੈ ਕਹਿੰਦੇ ਕਿ ਸ਼ੁਰੂ ਵਿੱਚ ਮੇਲੇ ਭਾਵੇਂ ਧਾਰਮਿਕ ਸਨ ਪਰ ਸਮੇਂ ਦੇ ਬਦਲਾਅ ਨਾਲ ਸਾਰੇ ਧਰਮਾਂ ਦੇ ਲੋਕ ਬਿਨਾਂ ਪੱਖਪਾਤ ਤੇ ਇੰਨਾ ਮੇਲਿਆਂ ਵਿੱਚ ਸਾਂਭ ਹੋਂ ਲੱਗ ਪਏ ਹਰ ਕਹਿੰਦੇ ਕਿ ਇਹ ਮੇਲੇ ਆ ਇਹ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਤੇ ਭਾਵੁਕ ਏਕਤਾ ਦਾ ਪ੍ਰਤੀਕ ਹਨ ਕਹਿੰਦਾ ਭਾਵ ਹੈ ਕਿ ਇਨ੍ਹਾਂ ਮੇਲਿਆਂ ਤੋਂ ਸਾਡੀ ਏਕਤਾ ਦਾ ਪਤਾ ਲੱਗਦਾ ਠੀਕ ਹੈ ਹਰ ਇੱਕ ਧਰਮ ਦੇ ਲੋਕ ਹਰ ਮਤਲਬ ਗੁਰਦੁਆਰੇ ਜਾਂਦੇ ਨੇ ਚਰਚ ਵੀ ਜਾਂਦੇ ਨੇ ਮੰਦਰ ਮਸੀਤਾਂ ਵਿੱਚ ਜਾਂਦੇ ਨੇ ਇਸ ਤੋਂ ਕੀ ਪਤਾ ਲੱਗਦਾ ਕਿ ਪੰਜਾਬੀਆਂ ਵਿੱਚ ਭਾਵੁਕ ਏਕਤਾ ਹੈਗੀ ਹੈ ਠੀਕ ਹੈ ਬੇਟਾ ਇਤੋਂ ਤੱਕ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ ਇਹਨਾਂ ਦੇ ਵਿੱਚ ਸਾਡੇ ਸ਼ਾਰਟ ਕੁਐਸਚਨ ਆਨਸਰ ਲੌਂਗ ਕੁਐਸਚਨ ਆਨਸਰ ਆਬਜੈਕਟਿਵ ਟਾਈਪ ਕੁਐਸਚਨ ਆਨਸਰ 1 ਵਰਡ ਕੁਐਸਚਨ ਆਨਸਰ ਨਿਕਲ ਜਾਣੇ ਨੇ ਸੋ ਇਹਨਾਂ ਨੂੰ ਧਿਆਨ ਨਾਲ ਕਰ ਲੈਣਾ ਤੇ ਪੇਪਰ ਵਿੱਚ ਤੁਹਾਨੂੰ ਸਿਰਫ ਕੁਐਸਚਨ ਆਨਸਰ ਹੀ ਆਉਣੇ ਨੇ ਇਸਾਰਤ ਤੁਹਾਨੂੰ ਸਿਰਫ ਈਜ਼ੀ ਕਰਕੇ ਸਮਝਾਉਣ ਲਈ ਮੈਂ ਟਾਈਪ ਕੀਤਾ ਹੈ ਠੀਕ ਹੈ ਬੇਟਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ